ਇਹ ਅਸੀਂ ਪੰਜਾਬ ਸਰਕਾਰ ਅਤੇ ਸਾਡੇ ਪੁਲਿਸ ਡਿਪਾਰਟਮੈਂਟ ਦੇ ਵੱਡੇ ਅਫਸਰਾਂ ਦੀ ਹਦਾਇਤ 'ਤੇ ਅਸੀਂ ਨਸ਼ਾ ਦੇ ਖਿਲਾਫ਼ ਜਿਹੜੀ ਮੁਹਿੰਮ ਵਿੱਢੀ ਹੋਈ ਆ ਉਹਦੇ ਸੰਬੰਧ ਵਿੱਚ ਅਸੀਂ ਪਿੰਡ ਮੁਰਾਦਪੁਰਾ ਸਰਚ ਵਾਸਤੇ ਗਏ ਹੋਏ ਸੀ, ਜਿੱਥੇ ਅਸੀਂ ਉੱਥੇ ਪਿੰਡ ਸਰਚ ਕਰਨ ਵਾਸਤੇ ਜਦੋਂ ਅਸੀਂ ਪਿੰਡ ਦੀ ਫਿਰਨੀ 'ਤੇ ਗਏ ਹਾਂ, ਇਹ ਲੇਡੀਜ਼ ਜਿਹੜੀ ਹੈ ਇਹ ਨਸ਼ਾ ਲੈ ਕੇ ਉੱਥੋਂ ਨਿਕਲ ਰਹੀ ਸੀ ਲਿਫਾਫੇ 'ਚ ਨਹੀਂ ਨਸ਼ਾ। ਭੱਜਣ ਕੌਰ ਪਤਨੀ ਨਿਸ਼ਾਬਰ ਸਿੰਘ ਵਾਸੀ ਮਾਮਗੜ ਮੱਲਾ, ਪਹਿਲਾਂ ਵੀ ਦੋ ਪਰਚੇ ਇਹਦੇ 'ਤੇ ਦਰਜ ਨੇ ਅਤੇ ਜਿਸ ਕਰਕੇ ਅਸੀਂ ਐਂਡੀ ਦੇ ਦੋਨੇ ਪਹਿਲੋਂ ਪਰਚੇ 'ਤੇ ਦਰਜ ਨੇ ਤਾਂ ਅਸੀਂ ਇਹਨੂੰ ਜਦੋਂ ਫੜਿਆ ਅਤੇ ਇਹਦੇ ਕੋਲ ਫੜ ਕੇ ਦੀ ਸਰਚ ਕੀਤੀ ਹੈ ਅਤੇ ਇਹਦੇ ਕੋਲ 10 ਗ੍ਰਾਮ ਜਿਹੜਾ ਚਿੱਟਾ ਬਰਾਮਦ ਹੋਇਆ ਜਿਹਦੇ 'ਤੇ ਅਸੀਂ ਹਾਂਜੀ ਅੱਜ ਅਸੀਂ ਕੋਰਟ 'ਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ। ਅਦਾਲਤ ਪੇਸ਼ ਕਰੇਗੀ ਪੁਲਿਸ ਔਰ ਰਿਮਾਂਡ ਦੀ ਮੰਗ ਭਰੇਗੀ। ਕਥਿਤ ਜਿਹੜੀ ਔਰਤ ਹੈ ਉਸਦੇ ਖਿਲਾਫ਼ ਪਹਿਲਾਂ ਵੀ ਦੋ ਮੁਕੱਦਮੇ ਪਹਿਲਾਂ ਦਰਜ ਹੈ ਨਸ਼ਾ ਵੇਚਣ ਦੇ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ। ਇਹ ਅਸੀਂ ਪੰਜਾਬ ਸਰਕਾਰ ਅਤੇ ਸਾਡੇ ਪੁਲਿਸ ਡਿਪਾਰਟਮੈਂਟ ਦੇ ਵੱਡੇ ਅਫਸਰਾਂ ਦੀ ਹਦਾਇਤ 'ਤੇ ਅਸੀਂ ਨਸ਼ਾ ਦੇ ਖਿਲਾਫ਼ ਜਿਹੜੀ ਮੁਹਿੰਮ ਵਿੱਢੀ ਹੋਈ ਆ ਉਹਦੇ ਸੰਬੰਧ ਵਿੱਚ ਅਸੀਂ ਪਿੰਡ ਮੁਰਾਦਪੁਰਾ ਸਰਚ ਵਾਸਤੇ ਗਏ ਹੋਏ ਸੀ, ਜਿੱਥੇ ਅਸੀਂ ਉੱਥੇ ਪਿੰਡ ਸਰਚ ਕਰਨ ਵਾਸਤੇ ਜਦੋਂ ਅਸੀਂ ਪਿੰਡ ਦੀ ਫਿਰਨੀ 'ਤੇ ਗਏ ਹਾਂ, ਇਹ ਲੇਡੀਜ਼ ਜਿਹੜੀ ਹੈ ਇਹ ਨਸ਼ਾ ਲੈ ਕੇ ਉੱਥੋਂ ਨਿਕਲ ਰਹੀ ਸੀ ਲਿਫਾਫੇ 'ਚ ਨਹੀਂ ਨਸ਼ਾ। ਭੱਜਣ ਕੌਰ ਪਤਨੀ ਨਿਸ਼ਾਬਰ ਸਿੰਘ ਵਾਸੀ ਮਾਮਗੜ ਮੱਲਾ, ਪਹਿਲਾਂ ਵੀ ਦੋ ਪਰਚੇ ਇਹਦੇ 'ਤੇ ਦਰਜ ਨੇ ਅਤੇ ਜਿਸ ਕਰਕੇ ਅਸੀਂ ਐਂਡੀ ਦੇ ਦੋਨੇ ਪਹਿਲੋਂ ਪਰਚੇ 'ਤੇ ਦਰਜ ਨੇ ਤਾਂ ਅਸੀਂ ਇਹਨੂੰ ਜਦੋਂ ਫੜਿਆ ਅਤੇ ਇਹਦੇ ਕੋਲ ਫੜ ਕੇ ਦੀ ਸਰਚ ਕੀਤੀ ਹੈ ਅਤੇ ਇਹਦੇ ਕੋਲ 10 ਗ੍ਰਾਮ ਜਿਹੜਾ ਚਿੱਟਾ ਬਰਾਮਦ ਹੋਇਆ ਜਿਹਦੇ 'ਤੇ ਅਸੀਂ ਹਾਂਜੀ ਅੱਜ ਅਸੀਂ ਕੋਰਟ 'ਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ। ਅਦਾਲਤ ਪੇਸ਼ ਕਰੇਗੀ ਪੁਲਿਸ ਔਰ ਰਿਮਾਂਡ ਦੀ ਮੰਗ ਭਰੇਗੀ। ਕਥਿਤ ਜਿਹੜੀ ਔਰਤ ਹੈ ਉਸਦੇ ਖਿਲਾਫ਼ ਪਹਿਲਾਂ ਵੀ ਦੋ ਮੁਕੱਦਮੇ ਪਹਿਲਾਂ ਦਰਜ ਹੈ ਨਸ਼ਾ ਵੇਚਣ ਦੇ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ। ਇਹ ਅਸੀਂ ਪੰਜਾਬ ਸਰਕਾਰ ਅਤੇ ਸਾਡੇ ਪੁਲਿਸ ਡਿਪਾਰਟਮੈਂਟ ਦੇ ਵੱਡੇ ਅਫਸਰਾਂ ਦੀ ਹਦਾਇਤ 'ਤੇ ਅਸੀਂ ਨਸ਼ਾ ਦੇ ਖਿਲਾਫ਼ ਜਿਹੜੀ ਮੁਹਿੰਮ ਵਿੱਢੀ ਹੋਈ ਆ ਉਹਦੇ ਸੰਬੰਧ ਵਿੱਚ ਅਸੀਂ ਪਿੰਡ ਮੁਰਾਦਪੁਰਾ ਸਰਚ ਵਾਸਤੇ ਗਏ ਹੋਏ ਸੀ, ਜਿੱਥੇ ਅਸੀਂ ਉੱਥੇ ਪਿੰਡ ਸਰਚ ਕਰਨ ਵਾਸਤੇ ਜਦੋਂ ਅਸੀਂ ਪਿੰਡ ਦੀ ਫਿਰਨੀ 'ਤੇ ਗਏ ਹਾਂ, ਇਹ ਲੇਡੀਜ਼ ਜਿਹੜੀ ਹੈ ਇਹ ਨਸ਼ਾ ਲੈ ਕੇ ਉੱਥੋਂ ਨਿਕਲ ਰਹੀ ਸੀ ਲਿਫਾਫੇ 'ਚ ਨਹੀਂ ਨਸ਼ਾ। ਭੱਜਣ ਕੌਰ ਪਤਨੀ ਨਿਸ਼ਾਬਰ ਸਿੰਘ ਵਾਸੀ ਮਾਮਗੜ ਮੱਲਾ, ਪਹਿਲਾਂ ਵੀ ਦੋ ਪਰਚੇ ਇਹਦੇ 'ਤੇ ਦਰਜ ਨੇ ਅਤੇ ਜਿਸ ਕਰਕੇ ਅਸੀਂ ਐਂਡੀ ਦੇ ਦੋਨੇ ਪਹਿਲੋਂ ਪਰਚੇ 'ਤੇ ਦਰਜ ਨੇ ਤਾਂ ਅਸੀਂ ਇਹਨੂੰ ਜਦੋਂ ਫੜਿਆ ਅਤੇ ਇਹਦੇ ਕੋਲ ਫੜ ਕੇ ਦੀ ਸਰਚ ਕੀਤੀ ਹੈ ਅਤੇ ਇਹਦੇ ਕੋਲ 10 ਗ੍ਰਾਮ ਜਿਹੜਾ ਚਿੱਟਾ ਬਰਾਮਦ ਹੋਇਆ ਜਿਹਦੇ 'ਤੇ ਅਸੀਂ ਹਾਂਜੀ ਅੱਜ ਅਸੀਂ ਕੋਰਟ 'ਚ ਇਹਨਾਂ ਨੂੰ ਪੇਸ਼ ਕਰ ਰਹੇ। ਅਦਾਲਤ ਪੇਸ਼ ਕਰੇਗੀ ਪੁਲਿਸ ਔਰ ਰਿਮਾਂਡ ਦੀ ਮੰਗ ਭਰੇਗੀ। ਕਥਿਤ ਜਿਹੜੀ ਔਰਤ ਹੈ ਉਸਦੇ ਖਿਲਾਫ਼ ਪਹਿਲਾਂ ਵੀ ਦੋ ਮੁਕੱਦਮੇ ਪਹਿਲਾਂ ਦਰਜ ਹੈ ਨਸ਼ਾ ਵੇਚਣ ਦੇ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ।